ਉਧਰਲੇ ਪਾਸੇ ਤੋਂ ਲੁਧਿਆਣੇ ਇਲਾਕੇ ਤੋਂ ਬਿਲੋਂਗ ਕਰਦੀ ਹੈਗੀ ਇੱਕ ਕੁੜੀ NRI, ਉਹ ਕਹਿੰਦੇ ਕਿ ਦਿੱਲੀ ਏਅਰਪੋਰਟ ਦੇ ਉੱਤੋਂ ਫੜੀ ਗਈ ਜੀ। ਕਹਿੰਦੇ ਕਿ ਭਾਈ ਉਹ ਮਾਮਲਾ ਵੀ ਕਹਿੰਦੇ ਕਿ ਵੈਸੇ ਆਇਆ ਤਾਂ ਪਰਿਵਾਰਕ ਸੀਗਾ ਉਹਨਾਂ ਦਾ, ਪਰ ਉਹ ਵੀ ਰੌਲਾ ਰੱਪਾ ਉਹਦਾ ਵੀ ਖਾਸਾ ਪਿਆ ਹੋਇਆਗਾ। ਜਦੋਂ ਤੁਸੀਂ ਰਿਸ਼ਤੇ ਨਾਤਿਆਂ ਦੀ ਕਦਰ ਕੀਮਤ, ਹੁਣ ਕੈਨੇਡਾ ਦੀ PR ਹੀ ਪਾਤੀ ਆ ਅਤੇ ਫਿਰ ਆਹੀ ਕੁਛ ਹੋਣਾ, ਆਹ ਕੁਛ ਹੁਣ ਹੋਣਾ ਬਾਕੀ ਸੀ। ਪਹਿਲਾਂ ਕਹਿੰਦੇ ਹੁੰਦੇ ਸੀ ਠੱਗ ਲੜੇ ਜੀ, ਅਤੇ ਹੁਣ ਠੱਗ ਲਾੜੀਆਂ ਹੋ ਗਈਆਂ, ਆਹ ਅਸੀਂ ਤਰੱਕੀ ਕਰ ਰਹੇ ਹਾਂ। ਮਤਲਬ ਇਹ ਦੋਵੇਂ ਪਾਸੇ ਤੋਂ, ਇੱਥੇ ਮੈਂ ਹਮੇਸ਼ਾ ਕਹਿੰਦਾ ਕਿ ਯਾਰ ਤੁਸੀਂ ਲਿੰਗ ਵਿਤਕਰਾ ਨਾ ਕਰਿਆ ਕਰੋ ਜੀ। ਠੱਗ ਕੋਈ ਵੀ ਹੋ ਸਕਦਾ, ਔਰਤ ਵੀ ਹੋ ਸਕਦੀ ਹੈ, ਮਰਦ ਵੀ ਹੋ ਸਕਦਾ, ਹਾਂਜੀ, ਕਿਸੇ ਨਾਲ ਵਿਤਕਰਾ ਨਹੀਂ। ਤਾਂ ਇਹ ਕੁੜੀ ਦਾ ਜਿਹੜਾ ਮਾਮਲਾ ਹੈ ਕਿ ਉਹਨਾਂ ਨੇ ਪੈਸਾ ਧੇਲਾ ਲਾਇਆ ਸੀ, 15 'ਚ ਭੇਜਿਆ ਇਹਨੂੰ ਜੀ, ਉਹ ਤੋਂ ਬਾਅਦ ਠੀਕ ਹੈ ਜੀ ਉਹ ਗਈ ਅਤੇ ਚਲੋ ਉਹਨੇ ਆਪਦਾ ਉੱਥੇ ਜੋੜੋ ਜਿਹੜਾ ਵੀ ਕੋਈ ਹੈਗਾ ਸੀਗਾ ਕੰਮ ਕਾਰ ਆਪਦਾ ਸੈੱਟ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਉਹਦੇ 'ਤੇ ਪਰਚਾ ਕਟਾਤਾ ਜੀ, ਹਾਲਾਂਕਿ ਫਾਈਲ ਕਹਿੰਦੇ ਲੱਗੀ ਆ, ਪਰ ਉਹ ਬਾਅਦ ਦੇ ਵਿੱਚ ਉਹਦੇ 'ਚ ਕੁਛ ਘਾਟ ਸੀਗੀ ਜੀ, ਤਾਂ ਸਭ ਕੁਛ ਰੱਦੂ ਬੱਦੂ ਹੋ ਗਿਆ ਜੀ, ਅਤੇ ਉਹਨੇ ਮੁੜ ਕੇ ਇਨਕਾਰ ਹੀ ਕਰ ਦਿੱਤਾ। ਉਹਨੇ ਵੀ ਇਹਨਾਂ 'ਤੇ ਕੇਸ ਕਰਵਾਇਆ ਸੀਗਾ ਜੀ ਦਾਜ ਮੰਗਣ ਦਾ, ਹਾਂਜੀ ਕੰਪਲੇਂਟ। ਇਹ ਕਮਾਲ ਦੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਪੈਸਾ ਲਾ ਕੇ ਤੁਹਾਨੂੰ ਭਜਵਾਇਆ, ਉਹ ਮੁੜ ਕੇ ਤੁਹਾਡੇ ਤੋਂ ਦਾਜ ਮੰਗਣਗੇ ਕਿ ਇਹ ਮੰਗਣਗੇ ਕਿ ਭਾਈ ਵਾਅਦੇ ਦੇ ਅਨੁਸਾਰ ਭਾਈ ਕਰੋ ਹੁਣ ਜੀ। ਪਹਿਲਾਂ ਤਾਂ ਸੌਦਾ ਕਰ ਰਹੇ ਹੋ ਤੁਸੀਂ ਜੀ, ਪਹਿਲੀ ਗੱਲ ਤਾਂ ਦੋਨੇ ਵੈਸੇ ਗਲਤ ਆ ਉਸ ਮਾਮਲੇ 'ਚ, ਮਤਲਬ ਕਿ ਸੌਦਾ ਹੀ ਆ ਕਿ ਹੁਣ ਇਹ ਇੱਕ ਤਰ੍ਹਾਂ ਨਾਲ ਕਈ ਤਾਂ ਮਜਬੂਰ ਘਰਾਂ ਦੀਆਂ ਜਾਨੀ ਕਹਾਣੀਆਂ ਵੀ ਹੈਗੀਆਂ ਨੇ, ਛੋਟੇ ਘਰ ਦੀ ਬੱਚੀ ਆ ਯਾਰ, ਅੱਛਾ ਪੜ੍ਹ ਲਿਖ ਗਈ ਆ, ਉਧਰੋਂ ਦੂਸਰੇ ਪਾਸੇ ਕੋਈ ਪੈਸੇ ਲਾਉਣ ਵਾਲਾ ਘਰ ਆ ਜੀ, ਕੋਈ ਪੈਸਾ ਵੀ ਲੱਗਦਾ ਨਾ 20-30 ਲੱਖ ਜੀ, ਅਤੇ ਅਗਲਾ ਕਹਿੰਦਾ ਚਲੋ ਲੱਕੜ ਨਾਲ ਲੋਹਾ ਸਹੀ ਪਾਰ ਲੰਘ ਜੂ ਕਿ ਬਾਈ ਠੀਕ ਆ ਕਰ ਦਿੰਦੇ ਹਾਂ, ਹਾਂਜੀ। ਪਰ ਜੇ ਉਹਦੇ ਵਿੱਚ ਇੱਕ ਧਿਰ ਦੀ ਕੋਈ ਬੇਈਮਾਨੀ ਆ ਜੀ, ਫਿਰ ਮਾੜੀ ਗੱਲ ਹੈ। ਜਾਂ ਤਾਂ ਉਸੇ ਟਾਈਮ ਕਹੋ ਕਿ ਬਈ ਪਸੰਦ ਨਾ ਪਸੰਦ ਆਪਦਾ ਮੈਟਰ ਹੈ, ਜਾਂ ਇੱਦਾਂ ਇੱਦਾਂ, ਜਾਂ ਐਗਰੀਮੈਂਟ ਕਰ ਲਓ ਕੋਈ, ਹਾਂ ਬਈ ਉੱਥੇ ਜਾ ਕੇ ਸੈਪਰੇਟ ਹੋ ਜਾਵਾਂਗੇ ਜੀ, ਠੀਕ ਹੈ ਨਾ, ਪਹਿਲਾਂ ਹੀ ਗੱਲ ਖੋਲ੍ਹ ਲਵੋ, ਹਾਂਜੀ। ਇੱਦਾਂ ਮਜ਼ਾਕ ਨਾ ਬਣਾਓ ਆਪਣਾ, ਹੁਣ ਕੀ ਹੈ ਉਹ ਤਾਂ ਭੁੱਲ ਗਈ ਹੋਣੀ ਵੀ ਮੇਰੇ 'ਤੇ ਕੋਈ ਕੇਸ ਆ, ਜਾਂ ਚੋਰੀ ਛੱਪੇ ਨਿਕਲ ਜੂ, ਲੁੱਕਆਊਟ ਨੋਟਿਸ ਜਾਰੀ ਸੀ ਉਹਨਾਂ ਨੇ ਉੱਥੇ ਜੋ ਪਈ, ਤਾਂ ਸਾਰਾ ਕੁਛ ਗਿਆ ਨਾ, ਉੱਥੇ ਜੋ ਮਿਹਨਤ ਕੀਤੀ ਆ ਰੁੱਲ ਗਈ, ਹੁਣ ਇੱਥੇ ਕੇਸ ਚੱਲੂਗਾ। ਜੇ ਉਹਨਾਂ ਨੇ ਪਾਸਪੋਰਟ ਜਮ੍ਹਾਂ ਕਰਾ ਲਿਆ ਤਾਂ ਵਾਪਸ ਜਾ ਹੀ ਨਹੀਂ ਸਕਦੀ। ਸੋ ਇਸ ਕਰਕੇ ਆ ਕਿ ਬਈ ਧਿਆਨ ਰੱਖੋ, ਮੈਂ ਤਾਂ ਇਹੀ ਕਹਿੰਦਾ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਜੇ ਗੱਲ ਕਰਨੀ ਹੈ ਤਾਂ ਠੋਕ ਕੇ ਕਰੋ, ਫਿਰ ਉਹਦੇ 'ਤੇ ਪੁੱਗੋ, ਅਤੇ ਨਹੀਂ ਤਾਂ ਜੋ ਫਿਰ ਆਪਦੇ ਆਪਦੇ ਦਮ 'ਤੇ ਹੁੰਦਾ ਕਰੋ, ਸਿੱਧਾ ਸਾਫ ਹੈ। ਬਿਲਕੁਲ ਠੀਕ ਹੈ ਤੁਹਾਡੀ, ਕਈ ਵਾਰੀ ਚਲੋ ਕਿਸੇ ਦੀ ਗਰਜ ਹੁੰਦੀ ਹੈ, ਕਿਸੇ ਦੀ ਲੋੜ ਹੁੰਦੀ, ਬਿਲਕੁਲ ਬਿਲਕੁਲ, ਉਸ ਮਾਮਲੇ 'ਚ ਆ ਕੇ ਅਸੀਂ ਬਾਅਦ ਦੇ ਵਿੱਚ ਆ ਕੇ ਪਰਿਵਾਰਾਂ ਦਾ ਕਸੂਰ ਕੱਢਦੇ ਹਾਂ, ਇੱਕ ਦੂਜੇ ਦਾ ਕਸੂਰ, ਉਹ ਫਿਰ ਕਿੰਨੇ ਜਲੂਸ ਨਿਕਲੇ ਜੀ। ਅੱਜ ਕੱਲ੍ਹ ਇਹ ਵੀ ਹੈ ਨਾ ਕਿ ਪੱਤਰਕਾਰ ਜਾਂ ਜਿਹੜੇ ਆਹ ਹੈਗੇ ਨੇ ਵੈਬ ਚੈਨਲ ਚਲਾਉਣ ਵਾਲੇ, ਉਹ ਫਿਰ ਲਾਈਵ ਵੀ ਲਿਆਉਂਦੇ ਆ, ਉਹ ਇੰਟਰਵਿਊ ਕਰਦੇ ਆ ਜਾ ਕੇ ਘਰਾਂ ਦੇ ਰਿਸ਼ਤਿਆਂ ਦਾ ਜਲੂਸ ਨਿਕਲਦਾ ਆ ਜੀ, ਉਹ ਕੰਮ ਸਿਆਣੇ ਬੰਦੇ ਚਿੱਟੀਆਂ ਦਾੜੀਆਂ ਲਿਆ ਕੇ ਜਿਹੜੇ ਉਹ ਥੱਲੇ ਕਮੈਂਟ ਕਰਨ ਵਾਲੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦੇ ਨਿਸ਼ਾਨੇ ਦਿੰਦੇ ਨੇ ਜੀ 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 ਜੀ। ਉਧਰਲੇ ਪਾਸੇ ਤੋਂ ਲੁਧਿਆਣੇ ਇਲਾਕੇ ਤੋਂ ਬਿਲੋਂਗ ਕਰਦੀ ਹੈਗੀ ਇੱਕ ਕੁੜੀ NRI, ਉਹ ਕਹਿੰਦੇ ਕਿ ਦਿੱਲੀ ਏਅਰਪੋਰਟ ਦੇ ਉੱਤੋਂ ਫੜੀ ਗਈ ਜੀ। ਕਹਿੰਦੇ ਕਿ ਭਾਈ ਉਹ ਮਾਮਲਾ ਵੀ ਕਹਿੰਦੇ ਕਿ ਵੈਸੇ ਆਇਆ ਤਾਂ ਪਰਿਵਾਰਕ ਸੀਗਾ ਉਹਨਾਂ ਦਾ, ਪਰ ਉਹ ਵੀ ਰੌਲਾ ਰੱਪਾ ਉਹਦਾ ਵੀ ਖਾਸਾ ਪਿਆ ਹੋਇਆਗਾ। ਜਦੋਂ ਤੁਸੀਂ ਰਿਸ਼ਤੇ ਨਾਤਿਆਂ ਦੀ ਕਦਰ ਕੀਮਤ, ਹੁਣ ਕੈਨੇਡਾ ਦੀ PR ਹੀ ਪਾਤੀ ਆ ਅਤੇ ਫਿਰ ਆਹੀ ਕੁਛ ਹੋਣਾ, ਆਹ ਕੁਛ ਹੁਣ ਹੋਣਾ ਬਾਕੀ ਸੀ। ਪਹਿਲਾਂ ਕਹਿੰਦੇ ਹੁੰਦੇ ਸੀ ਠੱਗ ਲੜੇ ਜੀ, ਅਤੇ ਹੁਣ ਠੱਗ ਲਾੜੀਆਂ ਹੋ ਗਈਆਂ, ਆਹ ਅਸੀਂ ਤਰੱਕੀ ਕਰ ਰਹੇ ਹਾਂ। ਮਤਲਬ ਇਹ ਦੋਵੇਂ ਪਾਸੇ ਤੋਂ, ਇੱਥੇ ਮੈਂ ਹਮੇਸ਼ਾ ਕਹਿੰਦਾ ਕਿ ਯਾਰ ਤੁਸੀਂ ਲਿੰਗ ਵਿਤਕਰਾ ਨਾ ਕਰਿਆ ਕਰੋ ਜੀ, ਠੱਗ ਕੋਈ ਵੀ ਹੋ ਸਕਦਾ, ਔਰਤ ਵੀ ਹੋ ਸਕਦੀ ਹੈ, ਮਰਦ ਵੀ ਹੋ ਸਕਦਾ, ਹਾਂਜੀ, ਕਿਸੇ ਨਾਲ ਵਿਤਕਰਾ ਨਹੀਂ। ਤਾਂ ਇਹ ਕੁੜੀ ਦਾ ਜਿਹੜਾ ਮਾਮਲਾ ਹੈ ਕਿ ਉਹਨਾਂ ਨੇ ਪੈਸਾ ਧੇਲਾ ਲਾਇਆ ਸੀ, 15 'ਚ ਭੇਜਿਆ ਇਹਨੂੰ ਜੀ, ਉਹ ਤੋਂ ਬਾਅਦ ਠੀਕ ਹੈ ਜੀ ਉਹ ਗਈ ਅਤੇ ਚਲੋ ਉਹਨੇ ਆਪਦਾ ਉੱਥੇ ਜੋੜੋ ਜਿਹੜਾ ਵੀ ਕੋਈ ਹੈਗਾ ਸੀਗਾ ਕੰਮ ਕਾਰ ਆਪਦਾ ਸੈੱਟ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਉਹਦੇ 'ਤੇ ਪਰਚਾ ਕਟਾਤਾ ਜੀ, ਹਾਲਾਂਕਿ ਫਾਈਲ ਕਹਿੰਦੇ ਲੱਗੀ ਆ, ਪਰ ਉਹ ਬਾਅਦ ਦੇ ਵਿੱਚ ਉਹਦੇ 'ਚ ਕੁਛ ਘਾਟ ਸੀਗੀ ਜੀ, ਤਾਂ ਸਭ ਕੁਛ ਰੱਦੂ ਬੱਦੂ ਹੋ ਗਿਆ ਜੀ, ਅਤੇ ਉਹਨੇ ਮੁੜ ਕੇ ਇਨਕਾਰ ਹੀ ਕਰ ਦਿੱਤਾ। ਉਹਨੇ ਵੀ ਇਹਨਾਂ 'ਤੇ ਕੇਸ ਕਰਵਾਇਆ ਸੀਗਾ ਜੀ ਦਾਜ ਮੰਗਣ ਦਾ, ਹਾਂਜੀ ਕੰਪਲੇਂਟ। ਇਹ ਕਮਾਲ ਦੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਪੈਸਾ ਲਾ ਕੇ ਤੁਹਾਨੂੰ ਭਜਵਾਇਆ, ਉਹ ਮੁੜ ਕੇ ਤੁਹਾਡੇ ਤੋਂ ਦਾਜ ਮੰਗਣਗੇ ਕਿ ਇਹ ਮੰਗਣਗੇ ਕਿ ਭਾਈ ਵਾਅਦੇ ਦੇ ਅਨੁਸਾਰ ਭਾਈ ਕਰੋ ਹੁਣ ਜੀ, ਪਹਿਲਾਂ ਤਾਂ ਸੌਦਾ ਕਰ ਰਹੇ ਹੋ ਤੁਸੀਂ ਜੀ,
ਪਹਿਲੀ ਗੱਲ ਤਾਂ ਦੋਨੇ ਵੈਸੇ ਗਲਤ ਆ ਉਸ ਮਾਮਲੇ 'ਚ, ਮਤਲਬ ਕਿ ਸੌਦਾ ਹੀ ਆ ਕਿ ਹੁਣ ਇਹ ਇੱਕ ਤਰ੍ਹਾਂ ਨਾਲ ਕਈ ਤਾਂ ਮਜਬੂਰ ਘਰਾਂ ਦੀਆਂ ਜਾਨੀ ਕਹਾਣੀਆਂ ਵੀ ਹੈਗੀਆਂ ਨੇ, ਛੋਟੇ ਘਰ ਦੀ ਬੱਚੀ ਆ ਯਾਰ, ਅੱਛਾ ਪੜ੍ਹ ਲਿਖ ਗਈ ਆ, ਉੱਧਰੋਂ ਦੂਸਰੇ ਪਾਸੇ ਕੋਈ ਪੈਸੇ ਲਾਉਣ ਵਾਲਾ ਘਰ ਆ ਜੀ, ਕੋਈ ਪੈਸਾ ਵੀ ਲੱਗਦਾ ਨਾ 20-30 ਲੱਖ ਜੀ, ਅਤੇ ਅਗਲਾ ਕਹਿੰਦਾ ਚਲੋ ਲੱਕੜ ਨਾਲ ਲੋਹਾ ਸਹੀ ਪਾਰ ਲੰਘ ਜੂ ਕਿ ਬਾਈ ਠੀਕ ਆ ਕਰ ਦਿੰਦੇ ਹਾਂ। ਹਾਂਜੀ, ਪਰ ਜੇ ਉਹਦੇ ਵਿੱਚ ਇੱਕ ਧਿਰ ਦੀ ਕੋਈ ਬੇਈਮਾਨੀ ਆ ਜੀ, ਫਿਰ ਮਾੜੀ ਗੱਲ ਹੈ। ਜਾਂ ਤਾਂ ਉਸੇ ਟਾਈਮ ਕਹੋ ਕਿ ਬਈ ਪਸੰਦ ਨਾ ਪਸੰਦ ਆਪਦਾ ਮੈਟਰ ਹੈ, ਜਾਂ ਇੱਦਾਂ ਇੱਦਾਂ, ਜਾਂ ਐਗਰੀਮੈਂਟ ਕਰ ਲਓ ਕੋਈ, ਹਾਂ ਬਈ ਉੱਥੇ ਜਾ ਕੇ ਸੈਪਰੇਟ ਹੋ ਜਾਵਾਂਗੇ ਜੀ, ਠੀਕ ਹੈ ਨਾ, ਪਹਿਲਾਂ ਹੀ ਗੱਲ ਖੋਲ੍ਹ ਲਵੋ। ਹਾਂਜੀ, ਇੱਦਾਂ ਮਜ਼ਾਕ ਨਾ ਬਣਾਓ ਆਪਣਾ, ਹੁਣ ਕੀ ਹੈ ਉਹ ਤਾਂ ਭੁੱਲ ਗਈ ਹੋਣੀ ਵੀ ਮੇਰੇ 'ਤੇ ਕੋਈ ਕੇਸ ਆ, ਜਾਂ ਚੋਰੀ ਛੱਪੇ ਨਿਕਲ ਜੂ, ਲੁੱਕਆਊਟ ਨੋਟਿਸ ਜਾਰੀ ਸੀ ਉਹਨਾਂ ਨੇ ਉੱਥੇ ਜੋ ਪਈ, ਤਾਂ ਸਾਰਾ ਕੁਛ ਗਿਆ ਨਾ, ਉੱਥੇ ਜੋ ਮਿਹਨਤ ਕੀਤੀ ਆ ਰੁੱਲ ਗਈ, ਹੁਣ ਇੱਥੇ ਕੇਸ ਚੱਲੂਗਾ। ਜੇ ਉਹਨਾਂ ਨੇ ਪਾਸਪੋਰਟ ਜਮ੍ਹਾਂ ਕਰਾ ਲਿਆ ਤਾਂ ਵਾਪਸ ਜਾ ਹੀ ਨਹੀਂ ਸਕਦੀ। ਸੋ ਇਸ ਕਰਕੇ ਆ ਕਿ ਬਈ ਧਿਆਨ ਰੱਖੋ, ਮੈਂ ਤਾਂ ਇਹੀ ਕਹਿੰਦਾ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਜੇ ਗੱਲ ਕਰਨੀ ਹੈ ਤਾਂ ਠੋਕ ਕੇ ਕਰੋ, ਫਿਰ ਉਹਦੇ 'ਤੇ ਪੁੱਗੋ, ਅਤੇ ਨਹੀਂ ਤਾਂ ਜੋ ਫਿਰ ਆਪਦੇ ਆਪਦੇ ਦਮ 'ਤੇ ਹੁੰਦਾ ਕਰੋ, ਸਿੱਧਾ ਸਾਫ ਹੈ। ਬਿਲਕੁਲ ਠੀਕ ਹੈ ਤੁਹਾਡੀ, ਕਈ ਵਾਰੀ ਚਲੋ ਕਿਸੇ ਦੀ ਗਰਜ ਹੁੰਦੀ ਹੈ, ਕਿਸੇ ਦੀ ਲੋੜ ਹੁੰਦੀ ਹੈ, ਬਿਲਕੁਲ ਬਿਲਕੁਲ, ਉਸ ਮਾਮਲੇ 'ਚ ਆ ਕੇ ਅਸੀਂ ਬਾਅਦ ਦੇ ਵਿੱਚ ਆ ਕੇ ਪਰਿਵਾਰਾਂ ਦਾ ਕਸੂਰ ਕੱਢਦੇ ਹਾਂ, ਇੱਕ ਦੂਜੇ ਦਾ ਕਸੂਰ, ਉਹ ਫਿਰ ਕਿੰਨੇ ਜਲੂਸ ਨਿਕਲੇ ਜੀ। ਅੱਜ ਕੱਲ੍ਹ ਇਹ ਵੀ ਹੈ ਨਾ ਕਿ ਪੱਤਰਕਾਰ ਜਾਂ ਜਿਹੜੇ ਆਹ ਹੈਗੇ ਨੇ ਵੈੱਬ ਚੈਨਲ ਚਲਾਉਣ ਵਾਲੇ, ਉਹ ਫਿਰ ਲਾਈਵ ਵੀ ਲਿਆਉਂਦੇ ਆ, ਉਹ ਇੰਟਰਵਿਊ ਕਰਦੇ ਆ ਜਾ ਕੇ ਘਰਾਂ ਦੇ ਰਿਸ਼ਤਿਆਂ ਦਾ ਜਲੂਸ ਨਿਕਲਦਾ ਆ ਜੀ, ਉਹ ਕੰਮ ਸਿਆਣੇ ਬੰਦੇ ਚਿੱਟੀਆਂ ਦਾੜੀਆਂ ਲਿਆ ਕੇ ਜਿਹੜੇ ਉਹ ਥੱਲੇ ਕਮੈਂਟ ਕਰਨ ਵਾਲੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦੇ ਨਿਸ਼ਾਨੇ ਦਿੰਦੇ ਜੀ 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 ਜੀ। ਉਧਰਲੇ ਪਾਸੇ ਤੋਂ ਲੁਧਿਆਣੇ ਇਲਾਕੇ ਤੋਂ ਬਿਲੋਂਗ ਕਰਦੀ ਹੈਗੀ ਇੱਕ ਕੁੜੀ NRI, ਉਹ ਕਹਿੰਦੇ ਕਿ ਦਿੱਲੀ ਏਅਰਪੋਰਟ ਦੇ ਉੱਤੋਂ ਫੜੀ ਗਈ ਜੀ, ਕਹਿੰਦੇ ਕਿ ਬਾਈ ਉਹ ਮਾਮਲਾ ਵੀ ਕਹਿੰਦੇ ਕਿ ਵੈਸੇ ਹੈ ਤਾਂ ਪਰਿਵਾਰਕ ਸੀਗਾ ਉਹਨਾਂ ਦਾ, ਪਰ ਉਹ ਵੀ ਰੌਲਾ ਰੱਪਾ ਉਹਦਾ ਵੀ ਖਾਸਾ ਪਿਆ ਹੋਇਆਗਾ। ਜਦੋਂ ਤੁਸੀਂ ਰਿਸ਼ਤੇ ਨਾਤਿਆਂ ਦੀ ਕਦਰ ਕੀਮਤ, ਹੁਣ ਕੈਨੇਡਾ ਦੀ PR ਹੀ ਪਾਤੀ ਆ ਅਤੇ ਫਿਰ ਆਹੀ ਕੁਛ ਹੋਣਾ, ਆਹ ਕੁਛ ਹੁਣ ਹੋਣਾ ਬਾਕੀ ਸੀ। ਪਹਿਲਾਂ ਕਹਿੰਦੇ ਹੁੰਦੇ ਸੀ ਠੱਗ ਲਾੜੇ ਜੀ, ਅਤੇ ਹੁਣ ਠੱਗ ਲਾੜੀਆਂ ਹੋ ਗਈਆਂ, ਆਹ ਅਸੀਂ ਤਰੱਕੀ ਕਰ ਰਹੇ ਹਾਂ। ਮਤਲਬ ਇਹ ਦੋਵੇਂ ਪਾਸੇ ਤੋਂ, ਇੱਥੇ ਮੈਂ ਹਮੇਸ਼ਾ ਕਹਿੰਦਾ ਕਿ ਯਾਰ ਤੁਸੀਂ ਲਿੰਗ ਵਿਤਕਰਾ ਨਾ ਕਰਿਆ ਕਰੋ ਜੀ, ਠੱਗ ਕੋਈ ਵੀ ਹੋ ਸਕਦਾ, ਔਰਤ ਵੀ ਹੋ ਸਕਦੀ ਹੈ, ਮਰਦ ਵੀ ਹੋ ਸਕਦਾ ਜੀ, ਕਿਸੇ ਨਾਲ ਵਿਤਕਰਾ ਨਹੀਂ। ਤਾਂ ਇਹ ਕੁੜੀ ਦਾ ਜਿਹੜਾ ਮਾਮਲਾ ਹੈ ਕਿ ਉਹਨਾਂ ਨੇ ਪੈਸਾ ਧੇਲਾ ਲਾਇਆ ਸੀ, 15 'ਚ ਭੇਜਿਆ ਇਹਨੂੰ ਜੀ, ਉਹ ਤੋਂ ਬਾਅਦ ਠੀਕ ਹੈ ਜੀ ਉਹ ਗਈ, ਅਤੇ ਚਲੋ ਉਹਨੇ ਆਪਦਾ ਉੱਥੇ ਜੋੜੋ ਜਿਹੜਾ ਵੀ ਕੋਈ ਹੈਗਾ ਸੀਗਾ ਕੰਮ ਕਾਰ ਆਪਦਾ ਸੈੱਟ ਕੀਤਾ ਜੀ। ਉਸ ਤੋਂ ਬਾਅਦ ਇਹਨਾਂ ਨੇ ਉਹਦੇ 'ਤੇ ਪਰਚਾ ਕਟਾਤਾ ਜੀ, ਹਾਲਾਂਕਿ ਫਾਈਲ ਕਹਿੰਦੇ ਲੱਗੀ ਆ, ਪਰ ਉਹ ਬਾਅਦ ਦੇ ਵਿੱਚ ਉਹਦੇ 'ਚ ਕੁਛ ਘਾਟ ਸੀਗੀ ਜੀ, ਤਾਂ ਸਭ ਕੁਛ ਰੱਦੂ ਬੱਦੂ ਹੋ ਗਿਆ ਜੀ, ਅਤੇ ਉਹਨੇ ਮੁੜ ਕੇ ਇਨਕਾਰ ਹੀ ਕਰ ਦਿੱਤਾ। ਉਹਨੇ ਵੀ ਇਹਨਾਂ 'ਤੇ ਕੇਸ ਕਰਵਾਇਆ ਸੀਗਾ ਜੀ ਦਾਜ ਮੰਗਣ ਦਾ। ਹਾਂਜੀ, ਕੰਪਲੇਂਟ। ਇਹ ਕਮਾਲ ਦੀ ਗੱਲ ਆ ਕਿ ਜਿਹੜੇ ਬੰਦਿਆਂ ਨੇ ਪੈਸਾ ਲਾ ਕੇ ਤੁਹਾਨੂੰ ਭਜਵਾਇਆ, ਉਹ ਮੁੜ ਕੇ ਤੁਹਾਡੇ ਤੋਂ ਦਾਜ ਮੰਗਣਗੇ ਕਿ ਇਹ ਮੰਗਣਗੇ ਕਿ ਭਾਈ ਵਾਅਦੇ ਦੇ ਅਨੁਸਾਰ ਬਾਈ ਕਰੋ ਹੁਣ ਜੀ, ਪਹਿਲਾਂ ਤਾਂ ਸੌਦਾ ਕਰ ਰਹੇ ਹੋ ਤੁਸੀਂ ਜੀ। ਪਹਿਲੀ ਗੱਲ ਤਾਂ ਦੋਨੇ ਵੈਸੇ ਗਲਤ ਆ ਉਸ ਮਾਮਲੇ 'ਚ, ਮਤਲਬ ਕਿ ਸੌਦਾ ਹੀ ਆ ਕਿ ਹੁਣ ਇਹ ਇੱਕ ਤਰ੍ਹਾਂ ਨਾਲ ਕਈ ਤਾਂ ਮਜਬੂਰ ਘਰਾਂ ਦੀਆਂ ਜਾਨੀ ਕਹਾਣੀਆਂ ਵੀ ਹੈਗੀਆਂ ਨੇ, ਛੋਟੇ ਘਰ ਦੀ ਬੱਚੀ ਆ ਯਾਰ, ਅੱਛਾ ਪੜ੍ਹ ਲਿਖ ਗਈ ਆ, ਉੱਧਰੋਂ ਦੂਸਰੇ ਪਾਸੇ ਕੋਈ ਪੈਸੇ ਲਾਉਣ ਵਾਲਾ ਘਰ ਆ ਜੀ, ਕੋਈ ਪੈਸਾ ਵੀ ਲੱਗਦਾ ਨਾ 20-30 ਲੱਖ ਜੀ, ਅਤੇ ਅਗਲਾ ਕਹਿੰਦਾ ਚਲੋ ਲੱਕੜ ਨਾਲ ਲੋਹਾ ਸਹੀ ਪਾਰ ਲੰਘ ਜੂ ਕਿ ਬਾਈ ਠੀਕ ਆ ਕਰ ਦਿੰਦੇ ਹਾਂ। ਹਾਂਜੀ, ਪਰ ਜੇ ਉਹਦੇ ਵਿੱਚ ਇੱਕ ਧਿਰ ਦੀ ਕੋਈ ਬੇਈਮਾਨੀ ਆ ਜੀ, ਫਿਰ ਮਾੜੀ ਗੱਲ ਹੈ। ਜਾਂ ਤਾਂ ਉਸੇ ਟਾਈਮ ਕਹੋ ਕਿ ਬਈ ਪਸੰਦ ਨਾ ਪਸੰਦ ਆਪਦਾ ਮੈਟਰ ਹੈ, ਜਾਂ ਇੱਦਾਂ ਇੱਦਾਂ, ਜਾਂ ਐਗਰੀਮੈਂਟ ਕਰ ਲਓ ਕੋਈ, ਹਾਂ ਬਈ ਉੱਥੇ ਜਾ ਕੇ ਸੈਪਰੇਟ ਹੋ ਜਾਵਾਂਗੇ ਜੀ, ਠੀਕ ਹੈ ਨਾ, ਪਹਿਲਾਂ ਹੀ ਗੱਲ ਖੋਲ੍ਹ ਲਵੋ। ਹਾਂਜੀ, ਇੱਦਾਂ ਮਜ਼ਾਕ ਨਾ ਬਣਾਓ ਆਪਣਾ, ਹੁਣ ਕੀ ਹੈ ਉਹ ਤਾਂ ਭੁੱਲ ਗਈ ਹੋਣੀ ਵੀ ਮੇਰੇ 'ਤੇ ਕੋਈ ਕੇਸ ਆ, ਜਾਂ ਚੋਰੀ ਛੱਪੇ ਨਿਕਲ ਜੂ, ਲੁੱਕਆਊਟ ਨੋਟਿਸ ਜਾਰੀ ਸੀ ਉਹਨਾਂ ਨੇ ਉੱਥੇ ਜੋ ਪਈ, ਤਾਂ ਸਾਰਾ ਕੁਛ ਗਿਆ ਨਾ, ਉੱਥੇ ਜੋ ਮਿਹਨਤ ਕੀਤੀ ਆ ਰੁੱਲ ਗਈ, ਹੁਣ ਇੱਥੇ ਕੇਸ ਚੱਲੂਗਾ। ਜੇ ਉਹਨਾਂ ਨੇ ਪਾਸਪੋਰਟ ਜਮ੍ਹਾਂ ਕਰਾ ਲਿਆ ਤਾਂ ਵਾਪਸ ਜਾ ਹੀ ਨਹੀਂ ਸਕਦੀ। ਸੋ ਇਸ ਕਰਕੇ ਆ ਕਿ ਬਈ ਧਿਆਨ ਰੱਖੋ, ਮੈਂ ਤਾਂ ਇਹੀ ਕਹਿੰਦਾ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਜੇ ਗੱਲ ਕਰਨੀ ਹੈ ਤਾਂ ਠੋਕ ਕੇ ਕਰੋ, ਫਿਰ ਉਹਦੇ 'ਤੇ ਪੁੱਗੋ, ਅਤੇ ਨਹੀਂ ਤਾਂ ਜੋ ਫਿਰ ਆਪਦੇ ਆਪਦੇ ਦਮ 'ਤੇ ਹੁੰਦਾ ਕਰੋ, ਸਿੱਧਾ ਸਾਫ ਹੈ। ਬਿਲਕੁਲ ਠੀਕ ਹੈ ਤੁਹਾਡੀ, ਕਈ ਵਾਰੀ ਚਲੋ ਕਿਸੇ ਦੀ ਗਰਜ ਹੁੰਦੀ ਹੈ, ਕਿਸੇ ਦੀ ਲੋੜ ਹੁੰਦੀ ਹੈ, ਬਿਲਕੁਲ ਬਿਲਕੁਲ, ਉਸ ਮਾਮਲੇ 'ਚ ਆ ਕੇ ਅਸੀਂ ਬਾਅਦ ਦੇ ਵਿੱਚ ਆ ਕੇ ਪਰਿਵਾਰਾਂ ਦਾ ਕਸੂਰ ਕੱਢਦੇ ਹਾਂ, ਇੱਕ ਦੂਜੇ ਦਾ ਕਸੂਰ, ਉਹ ਫਿਰ ਕਿੰਨੇ ਜਲੂਸ ਨਿਕਲੇ ਜੀ। ਅੱਜ ਕੱਲ੍ਹ ਇਹ ਵੀ ਹੈ ਨਾ ਕਿ ਪੱਤਰਕਾਰ ਜਾਂ ਜਿਹੜੇ ਆਹ ਹੈਗੇ ਨੇ ਵੈੱਬ ਚੈਨਲ ਚਲਾਉਣ ਵਾਲੇ, ਉਹ ਫਿਰ ਲਾਈਵ ਵੀ ਲਿਆਉਂਦੇ ਆ, ਉਹ
ਇੰਟਰਵਿਊ ਕਰਦੇ ਆ ਜਾਂ ਕਿ ਘਰਾਂ ਦੇ ਰਿਸ਼ਤਿਆਂ ਦਾ ਜਲੂਸ ਨਿਕਲਦਾ ਯਾਰ ਜੀ ਉਹ ਕੰਮ ਸਿਆਣੇ ਬੰਦੇ ਚਿੱਟੀਆਂ ਦਾੜੀਆਂ ਵਾਲੇ ਆ ਕੇ ਜਿਹੜੇ ਉਹ ਥੱਲੇ ਕਮੈਂਟ ਕਰਨ ਵਾਲੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦੇ ਨਿਸ਼ਾਨੇ ਦਿੰਦੇ ਜੀ 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 ਜੀ